ਅਤੇ ਵਿਸਾਖ ਦਾ ਮਹੀਨਾ ਆਉਂਦਿਆਂ ਸਾਰ ਜੱਟਾਂ ਦੇ ਚਿਹਰਿਆਂ ਅਤੇ ਕਿਸਾਨਾਂ ਦੇ ਚਿਹਰਿਆਂ 'ਤੇ ਰੌਣਕ ਜੀ ਬਣੀ ਰਹਿੰਦੀ ਹੈ। ਪਰ ਅੱਜ ਜੋ ਹਾਲਾਤ ਹਨ, ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਪਹਿਲਾਂ ਤਾਂ ਕਰੋਨਾ ਦਾ ਕਹਿਰ ਚੱਲ ਰਿਹਾ ਹੈ, ਦੂਜਾ ਫਿਰ ਬੇਮੌਸਮੀ ਬਰਸਾਤ। ਤੁਸੀਂ, ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਵੀ ਦਿਖਾਓ ਅੱਜ ਮੌਸਮ ਦੇ ਮਿਜਾਜ ਬਦਲੇ ਹੋਏ ਨੇ। ਬੱਦਲ ਹੈ, ਚਾਰੇ ਪਾਸੇ ਬੱਦਲ ਹੈ, ਹਲਕੀ ਹਲਕੀ ਬੂੰਦਾਬਾਂਦੀ ਵੀ ਹੋ ਰਹੀ ਹੈ, ਜਿਸ ਕਾਰਨ ਕਿਸਾਨਾਂ ਦੇ ਚਿਹਰੇ ਮੁਰਝਾਏ ਦਿਖ ਰਹੇ ਹਨ ਅਤੇ ਫਸਲ ਵੀ ਇਸ ਕਿਸਾਨਾਂ ਦਾ ਕਹਿਣਾ ਹੈ ਕਿ ਇਸ ਹਲਕੀ ਬਾਰਿਸ਼ ਨਾਲ ਸੁੱਕੀ ਖੜ੍ਹੀ ਹੋਈ ਫਸਲ ਦਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ। ਪਹਿਲਾਂ ਵੀ ਇਸ ਖੜ੍ਹੀ ਫਸਲ 'ਤੇ ਬਾਰਿਸ਼ ਪੈ ਚੁੱਕੀ ਹੈ ਅਤੇ ਹੁਣ ਜਦੋਂ ਸੁੱਕ ਕੇ ਫਸਲ ਖੜ੍ਹੀ ਹੈ ਅਤੇ ਜੇ ਇਸ 'ਤੇ ਪੈਂਦਾ ਤਾਂ ਝਾੜ ਘਟੇਗਾ। ਅਤੇ ਤੁਸੀਂ, ਅਸੀਂ ਦੱਸਣਾ ਚਾਹਾਂਗੇ ਕਿ ਜਿਵੇਂ ਕਿ ਪਹਿਲਾਂ ਤੁਹਾਨੂੰ ਪਤਾ ਹੀ ਹੈ, ਅਸੀਂ ਕਈ ਖਬਰਾਂ ਰਾਹੀਂ ਦਿਖਾਇਆ ਹੈ ਕਿ ਜੋ ਲੇਬਰ ਹੈ ਉਹ ਪਹਿਲਾਂ ਹੀ ਪੰਜਾਬ 'ਚੋਂ ਜਾ ਚੁੱਕੀ ਹੈ। ਕੋਈ ਆਪਣੇ ਪੈਦਲ ਜਾ ਚਲਾ ਗਿਆ ਹੈ, ਕੋਈ ਬੱਸਾਂ ਕਾਰਾਂ ਟਰੱਕਾਂ ਵਿੱਚ ਬਹਿ ਕੇ ਆਪੋ ਆਪਣੇ ਪ੍ਰਦੇਸ਼ਾਂ ਵਿੱਚ ਜਾ ਚੁੱਕੇ ਹਨ ਅਤੇ ਹੁਣ ਅੱਜ ਕਿਸਾਨਾਂ ਨੂੰ ਇਸ ਕੁਦਰਤ ਦੀ ਫਿਰ ਕਰੋਪੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਸੀਂ ਕੁਝ ਕਿਸਾਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਪਹਿਲਾਂ ਮੈਂ ਆਪਣੇ ਕੈਮਰਾਮੈਨ ਦਿਖਾਵਾਂਗਾ ਵੀ ਕਿਸਾਨਾਂ ਦੀ ਖੜ੍ਹੀ ਹੋਈ ਫਸਲ ਦਿਖਾਓ ਅਤੇ ਜੋ ਬੱਦਲ ਦਾ ਮੌਸਮ ਹੈ ਬਣਿਆ ਹੋਇਆ ਹੈ, ਜੋ ਇਸ ਦੇ ਕਾਲੇ ਬੱਦਲ ਛਾਏ ਹੋਏ ਹਨ, ਉਸ ਨਾਲ ਉਹ ਵੀ ਲੋਕਾਂ ਨੂੰ ਦਿਖਾਓ ਵੀ ਕਿਸ ਤਰ੍ਹਾਂ ਕਿਸਾਨਾਂ ਦੀਆਂ ਮੁਸੀਬਤਾਂ ਦਿਨੋ ਦਿਨ ਵਧਦੀਆਂ ਜਾ ਰਹੀਆਂ ਹਨ ਅਤੇ ਇਹ ਕਿਸਾਨਾਂ 'ਤੇ ਕੁਦਰਤੀ ਕਰੋਪੀ ਦਾ ਦੂਸਰੀ ਵਾਰ ਕੁਦਰਤੀ ਕਰੋਪੀ ਹੈ। ਅਤੇ ਤੁਸੀਂ ਦੇਖ ਸਕਦੇ ਹੋ ਕਿ ਫਸਲ ਪੂਰੀ ਤਰ੍ਹਾਂ ਪੱਕ ਚੁੱਕੀ ਹੈ ਅਤੇ ਕਿਸ ਵਾਢੀ ਲਈ ਤਿਆਰ ਹੈ, ਪਰ ਇਸ ਟਾਈਮ ਬਾਰਿਸ਼ ਦਾ ਮੌਸਮ ਹੈ। ਦੂਜੇ ਪਾਸੇ ਕਿਸਾਨਾਂ ਕੋਲ ਕੋਈ ਰਾਹਤ ਨਹੀਂ ਹੈ, ਨਾ ਹੀ ਵਾਢੀ ਲਈ ਲੇਬਰ ਹੈ ਅਤੇ ਨਾ ਹੀ ਇਸ ਟਾਈਮ ਵਾਢੀ ਲਈ, ਕਿਉਂਕਿ ਲੋਕਡਾਊਨ ਦੇ ਕਰਕੇ ਸਾਰਾ ਕੁਝ ਬੰਦ ਹੈ। ਸਰਕਾਰ ਨੇ ਜੋ ਲੋਕਡਾਊਨ ਕੀਤਾ ਹੋਇਆ ਹੈ, ਕਰਫਿਊ ਲਗਾਇਆ ਹੈ, ਉਸ ਦੌਰਾਨ ਲੋਕ ਆਪੋ ਆਪਣੇ ਘਰਾਂ ਵਿੱਚ ਹਨ ਅਤੇ ਕੁਝ ਵੀ ਨਹੀਂ ਕਰਨ ਲਈ ਬਾਹਰ ਨਹੀਂ ਆ ਰਹੇ। ਇਸ ਕਰਕੇ ਕਿਸਾਨਾਂ ਦੀਆਂ ਮੁਸੀਬਤਾਂ ਜ਼ਿਆਦਾ ਵੱਧ ਰਹੀਆਂ ਹਨ। ਆਓ ਅਸੀਂ ਕਿਸੇ ਕਿਸਾਨ ਭਰਾ ਨਾਲ ਗੱਲ ਕਰਦੇ ਹਾਂ ਕਿ ਜੇ ਇਹ ਬੇਮੌਸਮੀ ਬਰਸਾਤ ਪੈਂਦੀ ਹੈ ਅਤੇ ਉਸਦਾ ਉਹਨਾਂ ਨੂੰ ਕੀ ਨੁਕਸਾਨ ਹੋਏਗਾ ਅਤੇ ਇਸ ਕਰਫਿਊ ਦੌਰਾਨ ਜੋ ਵਾਢੀ ਨਹੀਂ ਹੋ ਪਾ ਰਹੀ, ਉਸ ਨਾਲ ਉਹਨਾਂ ਨੂੰ ਕੀ ਨੁਕਸਾਨ ਹੋਏਗਾ ਅਤੇ ਉਹ ਸਰਕਾਰ ਤੋਂ ਕੀ ਮੰਗ ਕਰਦੇ ਹਨ? ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜਸਵੀਰ ਸਿੰਘ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਅ ਜੀ, ਕੀ ਸਥਿਤੀ ਹੈ ਇਸ ਟਾਈਮ ਤੁਸੀਂ ਕਣਕ ਦੀ? ਸਥਿਤੀ ਤਾਂ ਜੀ ਇਹ ਹੈ ਜੀ, ਹੁਣ ਦੇਖ ਲਓ ਤੁਸੀਂ ਫਸਲਾਂ ਦਾ, ਇੱਕ ਤਾਂ ਪਰਮਾਤਮਾ ਵੱਲੋਂ ਕਰੋਪੀ ਆ ਗਈ ਆਪਣੇ ਸਾਰੀ, ਅਤੇ ਉਹਦੇ ਕਰਕੇ ਹੁਣ ਦੇਖ ਲਓ ਫਸਲਾਂ ਗਿਰੀਆਂ ਪਈਆਂ। ਇੱਕ ਹੁਣ ਆਹ ਬਿਮਾਰੀ ਦਾ ਜਿਹੜਾ ਆਪਣਾ ਇਹ ਬਹੁਤ ਬੜਾ ਉਹ ਨੁਕਸਾਨ ਇਹ ਹੈ ਵੀ ਨਾ ਤਾਂ ਕੋਈ ਲੇਬਰ ਆ ਰਹੀ ਹੈ, ਅਤੇ ਲੇਬਰ ਜੇ ਹੁਣ ਲੱਗਦੀ ਵੀ ਹੈ ਤਾਂ ਆ ਕੇ ਫਿਰ ਆਪਣਾ ਮੌਜੂਦਾ ਸਰਕਾਰ ਆ ਉਹ ਆ ਕੇ ਤੰਗ ਕਰਦੀ ਹੈ ਵੀ ਉਹਨਾਂ ਨੂੰ ਕੋਈ ਮਤਲਬ ਵੱਢਣ ਨੂੰ, ਜਾਂ ਤਾਂ ਕੋਈ ਪੱਕਾ ਇਹਨਾਂ ਨੂੰ ਦਿੱਤਾ ਜਾਵੇ। ਜ਼ਿਮੀਂਦਾਰਾਂ ਦੀ ਹੁਣ ਠੇਕੇ ਪਰ ਜ਼ਮੀਨਾਂ ਹੈ ਜੀ, ਅਤੇ ਠੇਕਾ ਵੀ ਦੇਣਾ ਆਪਾਂ ਨੇ। ਜਿਹੜਾ ਬਾਰਿਸ਼ ਦਾ ਮੌਸਮ ਬਣਿਆ ਹੋਇਆ, ਜੇ ਬਾਰਿਸ਼ ਪੈਂਦੀ ਹੈ ਜਿਵੇਂ ਹੁਣ ਕਿਣ-ਮਿਣ ਲੱਗੀ ਹੋਈ ਹੈ, ਹਾਂਜੀ ਹਾਂਜੀ, ਇਹਦਾ ਕੋਈ ਨੁਕਸਾਨ ਹੈ ਕਿਸਾਨਾਂ ਨੂੰ? ਨੁਕਸਾਨ ਹੈ, ਨੁਕਸਾਨ ਹੈ ਜੀ, ਪਹਿਲਾਂ ਵੀ ਨੁਕਸਾਨ ਹੋਇਆ, ਸ਼ੁਰੂ ਤੋਂ ਹੀ ਨੁਕਸਾਨ ਹੈ ਐਤਕੀ ਤਾਂ, ਥੋੜ੍ਹੇ ਬਾਰਿਸ਼ਾਂ ਨੇ ਬਹੁਤ ਜ਼ਿਆਦਾ, ਹੁਣ ਆਹ ਕਣਕ ਬਹੁਤ ਵਧੀਆ ਖੜ੍ਹੀ ਤੀ ਜੀ, ਦੇਖ ਲਓ ਸਾਰੀ ਗਿਰੀ ਪਈ ਆ ਹੁਣ। ਅਤੇ ਹੋਰ ਕੀ ਮਤਲਬ ਕਿ ਨੁਕਸਾਨ ਹੋ ਰਿਹਾ ਤੁਹਾਡਾ? ਨੁਕਸਾਨ ਤਾਂ ਹੁਣ ਚਾਰੇ ਪਾਸੇ ਜੀ, ਅਤੇ ਹੁਣ ਆ ਕਰੋਨਾ ਦੀ ਬਿਮਾਰੀ ਕਰਕੇ ਥੋੜ੍ਹੇ ਜਿਹਾ ਇਹਦੇ ਕਰਕੇ ਬਹੁਤ ਜ਼ਿਆਦਾ ਨੁਕਸਾਨ ਹੈ। ਲੇਬਰ ਦੀ ਪ੍ਰੋਬਲਮ ਆ, ਲੇਬਰ ਤੋਂ ਬਿਨਾਂ ਇਹ ਕੰਮ ਹੁੰਦੇ ਨਹੀਂ ਜੀ ਕੋਈ ਵੀ, ਕਿਉਂਕਿ ਇੱਕ ਬੰਦੇ ਦਾ ਤਾਂ ਕੰਮ ਨਹੀਂ ਹੈ। ਜੇ ਲੇਬਰ ਆਊਗੀ ਤਾਂ ਇਹ ਸਾਡੀ ਕਣਕ ਵੱਢੀ ਜਾਊਗੀ, ਤਾਂ ਤੁਲੂਗੀ ਸਾਰਾ, ਆਪਾਂ ਨੇ ਠੇਕਾ ਵੀ ਦੇਣਾ ਸਾਰਿਆਂ ਦਾ, ਹੁਣ ਠੇਕੇ ਪਰ ਲੱਤੀ ਹੈ, ਬਹੁਤ ਔਖਾ ਹੈ ਫਿਰ, ਹੁਣ ਕਿਸਾਨ ਕਿਆ ਕਰਨਗੇ? ਉੱਥੇ ਹੀ ਸਾਡੇ ਨਾਲ ਕੁਝ ਹੋਰ ਕਿਸਾਨ ਹਨ ਜਿਹਨਾਂ ਤੋਂ ਆਪਣੇ ਖੇਤਾਂ ਵਿੱਚ ਕਣਕ ਵੱਢੀ ਵੀ ਜਾ ਰਹੀ ਹੈ, ਅਤੇ ਉਹਨਾਂ ਨੂੰ ਪੁੱਛਦੇ ਹਾਂ ਵੀ ਵੱਢਣ ਤੋਂ ਬਾਅਦ ਕਣਕ ਨੂੰ ਕਿੱਥੇ ਲੈ ਕੇ ਜਾਣ ਦੀ ਸਲਾਹ ਹੈ ਅਤੇ ਕੀ ਪ੍ਰੋਸੀਜਰ ਬਣਾਇਆ ਤੁਸੀਂ ਭਾਅ ਜੀ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਇਹ ਦੱਸਣਾ ਚਾਹੁੰਦਾ ਹਾਂ ਵੀ ਅਸੀਂ ਦੇਖੋ ਆੜ੍ਹਤੀਆਂ ਦੇ ਪੈਸੇ ਲੈ ਕੇ ਇਹ ਫਸਲ ਬੀਜੀ ਆ, ਜਿਹਦੇ ਕਾਰਨ ਅਸੀਂ ਫਸਲ ਵੱਢਣੀ ਆ, ਠੇਕੇ ਪਰ ਜ਼ਮੀਨ ਲੈ ਕੇ ਅਸੀਂ ਇਹਨੂੰ ਫਸਲ ਨੂੰ ਕਿੱਥੇ ਰੱਖੀਏ? ਨਾ ਕੋਈ ਕਿਸਾਨ ਮੰਡੀਆਂ 'ਚ ਕੋਈ ਪ੍ਰਬੰਧ ਆ, ਨਾ ਕੋਈ ਸਾਡਾ ਆੜ੍ਹਤੀ ਬਾਂਹ ਫੜਦਾ, ਨਾ ਸਰਕਾਰ ਬਾਂਹ ਫੜਦੀ ਆ। ਅਸੀਂ ਇਹ ਫਸਲ ਅਸੀਂ ਰੱਖ ਨਹੀਂ ਸਕਦੇ ਘਰਾਂ, ਅਸੀਂ 1-2 ਕਿੱਲੇ ਦੀ, 4 ਕਿੱਲੇ ਦੀ ਰੱਖ ਲੂੰ, ਇੰਨੇ ਕਿੱਲੇ ਦੀ ਅਸੀਂ ਫਸਲ ਘਰ ਰੱਖ ਨਹੀਂ ਸਕਦੇ। ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ। ਆਹ ਕਰੋਨਾ ਦੀ ਬਿਮਾਰੀ ਕਰਕੇ ਇਹ ਬਹੁਤ ਕਰੋਪ ਆ, ਅਸੀਂ ਬਹੁਤ ਮੁਸ਼ਕਿਲ ਨਾਲ ਫਿਰ ਵੀ ਘਰ ਤੋਂ ਨਿਕਲ ਕੇ ਖੇਤਾਂ ਤੱਕ ਆਉਂਦੇ ਹਾਂ, ਡਰਦੇ ਆਉਂਦੇ ਹਾਂ, ਲੇਬਰ ਲਾਈ ਹੋਈ ਆ, ਬਹੁਤ ਔਖਾ ਜੀ, ਸਾਨੂੰ ਇਹ 'ਤੇ ਬਹੁਤ ਉਹ ਹੋਣਾ ਚਾਹੀਦਾ। ਜਿਹੜੀ ਵਢਾਈ ਕਰ ਰਹੇ ਹੋ, ਕਿਸ ਤਰੀਕੇ ਨਾਲ ਕਰ ਰਹੇ ਹੋ? ਹੱਥਾਂ ਨਾਲ ਕਰ ਰਹੇ ਹੋ ਜਾਂ ਮਸ਼ੀਨਾਂ ਲਾ ਕੇ ਕਰ ਰਹੇ ਹੋ? ਇਸ ਟਾਈਮ ਸਾਡੇ ਕੋਲ ਤੂੜੀ ਦੀ ਲੋਡ ਕਰਕੇ ਅਸੀਂ ਵਢਾਈ ਬੰਦਿਆਂ 'ਤੇ ਵਢਾ ਰਹੇ ਹਾਂ, ਲੇਬਰ ਲਾਈ ਆ, ਪਰ ਲੇਬਰ ਬਹੁਤ ਔਖੀ, ਦੇਸੀ ਲੇਬਰ ਮਿਲੀ ਆ, ਲੇਬਰ ਬਹੁਤ ਪੈਸੇ ਮੰਗਦੀ ਆ, ਸਾਨੂੰ ਇਹ ਬਹੁਤ ਤਕਲੀਫ ਆ, ਔਖਾ ਲੱਗਦਾ। ਅਤੇ ਮੰਡੀਆਂ 'ਚ ਕੋਈ ਪ੍ਰਬੰਧ ਹੈਗੇ ਨੇ? ਮੰਡੀਆਂ 'ਚ ਅਸੀਂ ਕਰਿਆ ਤੀ ਆੜ੍ਹਤੀ ਨੂੰ ਫੋਨ, ਮੰਡੀਆਂ 'ਚ ਕੋਈ ਪ੍ਰਬੰਧ ਨਹੀਂ, ਉਹ ਕਹਿੰਦੇ ਵੀ ਤੁਸੀਂ ਆਪਣੀ ਜਿਹੜੀ ਫਸਲ ਆਪਣੇ ਘਰਾਂ ਰੱਖੋ ਵੀ ਅਸੀਂ ਹਜੇ ਨਹੀਂ ਲੈ ਸਕਦੇ, ਨਾ ਕੋਈ ਪ੍ਰਬੰਧ ਆ ਮੰਡੀਆਂ 'ਚ। ਫਸਲਾਂ ਤੋਂ ਬਾਅਦ ਕੋਈ ਪਲਾਨ ਬਣਾਇਆ ਹੋਊਗਾ ਵਿਆਹ ਸ਼ਾਦੀ ਦਾ? ਜਿਵੇਂ
ਫਸਲਾਂ ਦੇ ਬਾਅਦ ਕਈ ਪਲਾਨ ਆ, ਇੱਕ ਤਾਂ ਘਰਾਂ ਬੱਚੀ ਦਾ ਵਿਆਹ ਹੈ ਉਹਦੇ ਕਰਕੇ ਪੈਸਿਆਂ ਦੀ ਲੋੜ ਆ, ਕੁਛ ਆੜਤੀਆਂ ਦੇ ਵੀ ਦੇਣੇ ਆ, ਇਹਦੇ ਕਰਕੇ ਸਾਨੂੰ ਤਾਂ ਲੱਗਦਾ ਹੀ ਨਹੀਂ ਹੈ ਵੀ ਫਸਲ ਦੇ ਪੈਸੇ ਸਾਡੇ ਘਰ ਆ ਜੂੰਗੇ। ਸਾਨੂੰ ਇਹਦੇ ਬਹੁਤ ਮੁਸ਼ਕਿਲ ਆ, ਵੀ ਸਾਨੂੰ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ, ਅਸੀਂ ਬਹੁਤ ਮੁਸ਼ਕਿਲ ਦੇ ਵਿੱਚੋਂ ਲੰਘ ਰਹੇ। ਜਿਵੇਂ ਕਿ ਕਿਸਾਨ ਭਰਾਵਾਂ ਨਾਲ ਗੱਲ ਕੀਤੀ ਹੈ, ਤੁਸੀਂ ਦੇਖਿਆ ਹੀ ਹੈ ਕਿਸਾਨਾਂ ਨੇ ਕਿਹਾ ਕਿ ਇਸ ਫਸਲ ਦੇ ਜ਼ਰੀਏ ਉਹਨਾਂ ਨੇ ਕਿਸੇ ਨੇ ਆਪਣੇ ਘਰ ਧੀ ਦਾ ਅਤੇ ਕਿਸੇ ਨੇ ਪੁੱਤ ਦਾ ਵਿਆਹ ਰੱਖਿਆ ਹੋਇਆ ਹੈ। ਅਤੇ ਹੁਣ ਅੱਜ ਸਥਿਤੀ ਇਹ ਹੈ ਕਿ ਇਹ ਫਸਲਾਂ ਨਾ ਕਣਕ ਮੰਡੀ ਵਿੱਚ ਲੈ ਕੇ ਜਾਣ ਲਈ ਇੰਨੀ ਫਸਲ ਘਰੇ ਵੀ ਸਟੋਰ ਨਹੀਂ ਕੀਤੀ ਜਾ ਸਕਦੀ। ਹੁਣ ਤਾਂ ਇਹ ਦੇਖਣਾ ਹੋਏਗਾ ਕਿ ਸਰਕਾਰ ਇਹਨਾਂ ਦਾ ਕਿਸ ਤਰ੍ਹਾਂ ਸਹਿਯੋਗ ਕਰਦੀ ਹੈ ਅਤੇ ਕੁਦਰਤੀ ਕਰੋਪੀ ਤੋਂ ਬਚੇ ਇਹ ਜਿਹੜੇ ਲੋਕ ਹਨ, ਜੇ ਸਰਕਾਰ ਇਹਨਾਂ ਦਾ ਸਹਿਯੋਗ ਕਰਦੀ ਹੈ ਕਿ ਨਹੀਂ ਕਰਦੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੈਮਰਾਮੈਨ ਕਰਨ ਸ਼ਰਮਾ ਦੇ ਨਾਲ ਜਤਿੰਦਰ ਸਿੰਘ ਰਾਠੌਰ ਦੀ ਵਿਸ਼ੇਸ਼ ਰਿਪੋਰਟ।